ਮੇਰੀ ਦੀ ਤੁਰ ਕੀ ਤਈਆਂ ਸਾਲਾਂ ਦੀ ਮਛਲੀ ਜੱਡੀ ਓਏ ਉਹ ਵਿਆਹਦਾ ਸੀ ਮੁੰਡਾ ਉਹਦੀਆਂ ਤਿੰਨ ਬੇਟੀਆਂ ਉਹ ਵਿਆਹਦਾ ਐ ਉਹਨੂੰ ਕੋਈ ਸ਼ਰਮ ਨਹੀਂ ਕੀਤੀ ਮੇਰੀ ਧੀ ਵੱਲ ਕਰਦੇ ਓਏ ਮੇਰੀ ਧੀ ਨਾਲ ਉਹਨਾਂ ਨੇ ਵਿਆਹ ਦੇ ਸੰਬੰਧ ਬਣਾਏ ਓਏ ਗੌਰਵ ਨਾਮ ਦਾ ਮੁੰਡਾ ਹੈ ਪਿੰਡ ਦਾ ਮੇਰੇ ਜੇਠ ਦਾ ਸੱਕੇ ਦਾ ਪੁੱਤਰ ਹੈ ਉਹਨੇ ਮੇਰੀ ਧੀ ਨਾਲ ਆਪਣੇ ਸੰਬੰਧ ਤਿੰਨ ਮਹੀਨੇ ਪਹਿਲਾਂ ਮੇਰੇ ਘਰ ਉਹਨੂੰ ਫੋਨ ਭੇਜਿਆ ਮੇਰੀ ਧੀ ਨੂੰ ਬਾਰ ਬਾਰ ਕੰਪੈਲ ਕਰਦਾ ਸੀ ਮੇਰੀ ਧੀ ਨੂੰ ਕਹਿੰਦੇ ਮੈਂ ਸੰਬੰਧ ਕੌਣ ਕਹਿੰਦਾ ਸੀ ਗੌਰਵ ਕਹਿੰਦਾ ਸੀ ਸਾਹਮਣੇ ਆ ਕੇ ਮੈਨੂੰ ਪੁੱਠੇ ਪੁੱਠੇ ਇਸ਼ਾਰੇ ਕਰਦਾ ਏ ਮੈਨੂੰ ਕਹਿੰਦਾ ਮੇਰੇ ਨਾਲ ਸੰਬੰਧ ਬਣਾਏ ਮੇਰੇ ਲਾਗੋਂ ਬੋਲ ਕੇ ਲੰਘ ਜਾਂਦਾ ਏ ਸੰਜੂ ਵੀ ਉਹਦਾ ਘਰ ਨਹੀਂ ਹੁੰਦਾ ਸਕੇ ਤਾਏ ਦਾ ਮੁੰਡਾ ਸੀ ਸਕਾ ਤਾਏ ਦਾ ਮੁੰਡਾ ਸੀ ਜਿੰਨਾ ਹੀ ਇਹਨਾਂ ਦੇ ਗੇਟ ਕੋ ਲੰਘਿਆ ਮੈਂ ਤੇ ਕੁੜੀ ਮੰਜੇ ਤੋਂ ਥੱਲੇ ਪਈ ਦੀ ਸੀ ਫਰਸ਼ ਤੇ ਪਹਿਲਾਂ ਤਾਂ ਬੋਲਦੀ ਨਹੀਂ ਸੀ ਪਈ ਕੁਛ ਵੀ ਕਿ ਮੈਨੂੰ ਕੁਛ ਨਹੀਂ ਹੋਇਆ ਤੜਫੀ ਜਾ ਰਹੀ ਸੀ ਜਦ ਮੈਂ ਉਹਦੇ ਜ਼ੋਰ ਨਾਲ ਪੁੱਛਿਆ ਤਾਂ ਉਹਨੇ ਮੈਨੂੰ ਦੱਸਿਆ ਕਿ ਭਾਜੀ ਮੈਂ ਦਵਾਈ ਖਾ ਲਈ ਗੌਰਵ ਨਾਮ ਦਾ ਮੁੰਡਾ ਹੈ ਪਿੰਡ ਦਾ ਮੇਰੇ ਜੇਠ ਦਾ ਸੱਕੇ ਦਾ ਪੁੱਤਰ ਹੈ ਉਹਨੇ ਮੇਰੀ ਧੀ ਨਾਲ ਆਪਣੇ ਸੰਬੰਧ ਤਿੰਨ ਮਹੀਨੇ ਪਹਿਲਾਂ ਮੇਰੇ ਘਰ ਉਹਨੂੰ ਫੋਨ ਭੇਜਿਆ ਮੇਰੀ ਦੁਕਾਨ ਤੇ ਮੇਰੀ ਧੀ ਨੂੰ ਫੋਨ ਦੇ ਕੇ ਆਇਆ ਫੋਨ ਦੇ ਕੇ ਆਇਆ ਮੇਰੀ ਧੀ ਨੂੰ ਮੇਰੀ ਧੀ ਨਾਲ ਗੱਲਬਾਤ ਚੱਲਦੀ ਰਹੀ ਉਹਦੀ ਸਾਨੂੰ ਪਤਾ ਲੱਗਾ ਅਸੀਂ ਉਹਨੂੰ ਬੋਲਿਆ ਘਰ ਆ ਗਿਆ ਮੇਰੇ ਪੁੱਤਰ ਨੂੰ ਆ ਕੇ ਪੈ ਗਿਆ ਗੌਰਵ ਘਰ ਨਹੀਂ ਸ਼ਕਤੀ ਆ ਕੇ ਪੈ ਗਿਆ ਮੇਰੇ ਪੁੱਤਰ ਦੇ ਕਿਰਪਾਨ ਮਾਰੀ ਮੇਰੇ ਪੁੱਤਰ ਦੇ ਪੰਜ ਟਾਂਕੇ ਲੱਗੇ ਮੈਂ ਮੈਡੀਕਲ ਕਰਾਇਆ ਜਾ ਕੇ ਐਮ ਐਲ ਆਰ ਰਿਪੋਰਟ ਕਰਾਈ ਸਰ ਰਮੇਸ਼ ਕੁਮਾਰ ਨੂੰ ਦਿੱਤੀ ਮੈਨੂੰ ਬੁਲਾਇਆ ਨਹੀਂ ਥਾਣੇ ਮੇਰੀ ਕੋਈ ਸੁਣਵਾਈ ਨਹੀਂ ਹੋਈ ਦੋ ਵਾਰੀ ਮੈਂ ਐਕਸਰੇ ਕਰਾਏ ਗੁਰਦਾਸਪੁਰੋਂ ਜਾ ਕੇ ਮੇਰੀ ਕੋਈ ਸੁਣਵਾਈ ਨਹੀਂ ਹੋਈ ਮੈਂ ਬਹਿ ਗਈ ਚੁੱਪ ਕਰਕੇ ਮੇਰੀ ਧੀ ਨੂੰ ਬਾਰ ਬਾਰ ਕੰਪੈਲ ਕਰਦਾ ਸੀ ਮੇਰੀ ਧੀ ਨੂੰ ਕਹਿੰਦੇ ਮੈਂ ਸੰਬੰਧ ਕੌਣ ਕਹਿੰਦਾ ਸੀ ਗੌਰਵ ਕਹਿੰਦਾ ਸੀ ਮੇਰੀ ਧੀ ਨੂੰ ਬਾਰ ਬਾਰ ਕੰਪੈਲ ਕਰਦਾ ਸੀ ਮੇਰੀ ਧੀ ਨੂੰ ਤੰਗ ਕਰਦਾ ਸੀ ਬਾਰ ਬਾਰ ਪੰਜ ਛੇ ਦਿਨ ਦੀ ਗੱਲ ਹੈ ਰਾਤ ਦਾ ਟਾਈਮ ਹੈ 12 ਵਜੇ ਦਾ ਮੈਂ ਉੱਠੀ ਬਾਥਰੂਮ ਵਾਸਤੇ ਉੱਠੀ ਮੈਂ ਜਿਸ ਵੇਲੇ ਉੱਠੀ ਮੈਂ ਤੇਰੀ ਮੇਰੀ ਕੁੜੀ ਮੇਰੀ ਬੈੱਡ ਤੇ ਬੈਠੀ ਦੀ ਬੈੱਡ ਤੇ ਬੈਠੀ ਰੋਣ ਡਈ ਦੀ ਦੋਨੇ ਭੈਣਾਂ ਲੰਮਾਂ ਪਈਆਂ ਨੇ ਲਾਗੇ ਬੈਠੀ ਦੀ ਮੈਂ ਉੱਠੀ ਮੈਂ ਦੋ ਲਾਗੇ ਗਈ ਦਵਾ ਦਵਾ ਲੈਟ 'ਚ ਗਾਇਆ ਮੈਂ ਸੀ ਵੀ ਕੀ ਗੱਲ ਹੈ ਤੈਨੂੰ ਕਹਿੰਦੀ ਮੰਮੀ ਮੈਂ ਬਹੁਤ ਪਰੇਸ਼ਾਨ ਹੈ ਇਹ ਮੈਂ ਤੈਨੂੰ ਗੱਲ ਕੀ ਹੈ ਤੂੰ ਕਾਹਦੇ ਤੋਂ ਪਰੇਸ਼ਾਨ ਹੈ ਕਿਹੜੀ ਗੱਲ ਜਿਹੜੀ ਤੈਨੂੰ ਪਰੇਸ਼ਾਨ ਕਰਦੀ ਵੀ ਇਹ ਮੰਮੀ ਮੈਨੂੰ ਗੌਰਵ ਨਹੀਂ ਜੀਵਨ ਦਿੰਦਾ ਏ ਸਾਹਮਣੇ ਆ ਕੇ ਮੈਨੂੰ ਪੁੱਠੇ ਪੁੱਠੇ ਇਸ਼ਾਰੇ ਕਰਦਾ ਏ ਮੈਨੂੰ ਕਹਿੰਦਾ ਮੇਰੇ ਨਾਲ ਸੰਬੰਧ ਬਣਾਏ ਮੇਰੇ ਲਾਗੋਂ ਬੋਲ ਕੇ ਲੰਘ ਜਾਂਦਾ ਏ ਇਹ ਸੰਜੂ ਵੀ ਉਹਦਾ ਘਰ ਨਹੀਂ ਹੁੰਦਾ ਸਕੇ ਤਾਏ ਦਾ ਮੁੰਡਾ ਸੀ ਸਕਾ ਤਾਏ ਦਾ ਮੁੰਡਾ ਸੀ ਕੁੜੀ ਦੀ ਉਮਰ ਕਿੰਨੀ ਸੀ ਮੇਰੀ ਕੁੜੀ ਦੀ ਉਮਰ 23 ਸਾਲ ਹੈ ਨਾਮ ਕੀ ਸੀ ਕੁੜੀ ਦਾ ਮੇਰੀ ਕੁੜੀ ਦਾ ਨਾਮ ਸਿੰਪੀ ਹੈ ਜੀ ਉਹਨੇ 12 ਪੜੀਆਂ 2 ਕੋਰਸ ਕੀਤੇ ਉਹਨੇ ਜੀ ਮੇਰੀ ਕੋਈ ਅਨਪੜ ਨਹੀਂ ਸੀ ਉਹ ਜੀ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਇਹਨੂੰ ਸਜ਼ਾ ਜੋ ਬੰਦੀ ਇਹਨੂੰ ਸਜ਼ਾ ਦਿੱਤੀ ਜਾਵੇ ਉਹ ਮੇਰੀ ਧੀ ਤੁਰ ਕੀ ਤਈਆਂ ਸਾਲਾਂ ਦੀ ਮਛਲੀ ਜੱਡੀ ਓਏ ਉਹ ਵਿਆਹਦਾ ਸੀ ਮੁੰਡਾ ਉਹਦੀਆਂ ਤਿੰਨ ਬੇਟੀਆਂ ਉਹ ਵਿਆਹਦਾ ਐ ਉਹਨੂੰ ਕੋਈ ਸ਼ਰਮ ਨਹੀਂ ਕੀਤੀ ਮੇਰੀ ਧੀ ਵੱਲ ਕਰਦੇ ਓਏ ਮੇਰੀ ਧੀ ਨਾਲ ਉਹਨਾਂ ਨੇ ਵਿਆਹ ਦੇ ਸੰਬੰਧ ਬਣਾਏ ਓਏ ਮੈਡੀਕਲ ਜੇ ਚ ਆ ਜਾਣਾ ਸਭ ਕੁਛ ਓਏ ਉਹ ਮੇਰੀ ਧੀ ਨੂੰ ਉਹਨੇ ਬੜਾ ਕੰਪੈਲ ਕੀਤਾ ਓਏ ਨਾਮ ਮੇਰਾ ਨਾਮ ਜੀ ਸੋਨੂੰ ਸੁਣ ਬਾਈ ਕੀ ਗੱਲਬਾਤ ਹੋ ਗਈ ਜੀ ਗੱਲ ਜੀ ਮੈਂ ਇੱਥੋਂ ਸੈਰ ਕਰਦਾ ਆ ਰਿਹਾ ਸੀ ਤੇ ਜਿੰਨਾ ਹੀ ਇਹਨਾਂ ਦੇ ਗੇਟ ਕੋ ਲੰਘਿਆ ਮੈਂ ਤੇ ਕੁੜੀ ਮੰਜੇ ਤੋਂ ਥੱਲੇ ਪਈ ਦੀ ਸੀ ਫਰਸ਼ ਤੇ ਜਕਦਾ ਮੈਂ ਉਹਨਾਂ ਦੇ ਅੰਦਰ ਗਿਆ ਦੌੜ ਕੇ ਮੈਂ ਉਹਨਾਂ ਨੂੰ ਪੁੱਛਿਆ ਕਿ ਤੈਨੂੰ ਕੀ ਹੋਇਆ ਪਹਿਲਾਂ ਤਾਂ ਬੋਲਦੀ ਨਹੀਂ ਸੀ ਪਈ ਕੁਛ ਵੀ ਕਿ ਮੈਨੂੰ ਕੁਛ ਨਹੀਂ ਹੋਇਆ ਤੜਫੀ ਜਾ ਰਹੀ ਸੀ ਜਦ ਮੈਂ ਉਹਦੇ ਜ਼ੋਰ ਨਾਲ ਪੁੱਛਿਆ ਤਾਂ ਉਹਨੇ ਮੈਨੂੰ ਦੱਸਿਆ ਕਿ ਭਾਜੀ ਮੈਂ ਦਵਾਈ ਖਾ ਲਈ ਮੈਨੂੰ ਇੱਕਦਮ ਹਵੜਾ ਦਬੜੀ ਪੈ ਗਈ ਸੁਣ ਕੇ ਮੈਂ ਇਕੱਲਾ ਸੀਗਾ ਉਹਨਾਂ ਦੇ ਘਰ ਦੇ ਨਹੀਂ ਸੀ ਕਿਤੇ ਵੀ ਜਿੱਦਾਂ ਮੈਂ ਉਹਨਾਂ ਦੇ ਘਰਦਿਆਂ ਨੂੰ ਇਨਫੋਰਮ ਕੀਤਾ ਸ਼ਹਿਰ ਮੈਡੀਸਨ ਲੈਣ ਗਏ ਸੀ ਉਹ ਆਏ ਤੇ ਬਸ ਉਹਨੇ ਦੇ ਨਾਲ ਹੀ ਮੈਂ ਉਹਨਾਂ ਨੂੰ ਚੁੱਕ ਕੇ ਤੇ ਹੋਸਪਿਟਲ ਐਡਮਿਟ ਕਿੱਥੇ ਲੈ ਗਏ ਹੋਸਪਿਟਲ ਪਹਿਲਾਂ ਅਸੀਂ ਕੋਟਲੀ ਲੈ ਗਏ ਸੀ ਚੌਹਾਨ ਹੋਸਪਿਟਲ ਉੱਥੋਂ ਉਹਨਾਂ ਨੇ ਜਵਾਬ ਦਿੱਤਾ ਸੀ ਫਿਰ ਅਸੀਂ ਉਹਨਾਂ ਨੇ ਕਿਹਾ ਕਿ ਅਮਨਦੀਪ ਲੈ ਜਾਓ ਅਮਨਦੀਪ ਗਏ ਉਹਨਾਂ ਨੇ ਟ੍ਰੀਟਮੈਂਟ ਕੀਤਾ ਸੀਗਾ 10 ਵਜੇ ਦੇ ਕਰੀਬ ਹੋਈ ਡੈਥ ਹੋ ਗਈ
ਕੋਈ ਜ਼ਹਿਰੀਲੀ ਵਸਤੂ ਖਾਦੀ? ਹਾਂ ਉਹਨਾਂ ਨੇ ਘਰੇ ਬੋਲਿਆ ਸੀ ਕੁੜੀ ਨੇ ਮੈਨੂੰ ਕਿ ਮੈਂ ਦਵਾਈ ਖਾ ਲਈ ਹੈ ਕੋਈ ਜ਼ਹਿਰੀਲੀ ਵਸਤੂ। ਸਲਫਾਸ ਵਗੈਰਾ? ਹਾਂ ਕੁਝ ਸਲਫਾਸ ਹੀ ਬੋਲਿਆ ਸੀ। ਠੀਕ ਹੈ ਜੀ।